ਪਿਛਲੇ ਦਿਨੀ ਮੁੱਖ ਮੰਤਰੀ ਦਾ ਨਵਾਂ ਗੀਤ ਰੀਅਲ ਸੰਜੂ ਰਿਲੀਜ਼ ਹੋਇਆ, ਜਿਸ ਵਿੱਚ ਸਿੱਧੂ ਮੂਸੇਵਾਲੇ ਨੂੰ ਟਾਰਗੇਟ ਕੀਤਾ ਗਿਆ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਫੈਨਸ ਵੱਲੋਂ ਮੁੱਖ ਮੰਤਰੀ ਨੂੰ ਰਿਪਲਾਈ ਕੀਤਾ ਗਿਆ ਤੇ ਮੁੱਖ ਮੰਤਰੀ ਦੇ ਗਾਣੇ ਥੱਲੇ ਸਿੱਧੂ ਦੇ ਹੱਕ ਵਿੱਚ ਕਮੈਂਟ ਕੀਤੇ ਗਏ। ਹੁਣ ਮੁੱਖ ਮੰਤਰੀ ਦਾ ਗਾਣਾ ਰੀਅਲ ਸੰਜੂ ਯੂਟਿਊਬ ਤੋਂ ਰਿਮੂਵ ਕਰ ਦਿੱਤਾ ਗਿਆ ਹੈ, ਜਿਸ ਦੀ ਜਾਣਕਾਰੀ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਦਿੱਤੀ। ਥੋੜਾ ਸਮਾਂ ਪਹਿਲਾਂ ਸਿੱਧੂ ਮੂਸੇਵਾਲੇ ਦਾ ਗੀਤ ਸੰਜੂ ਆਇਆ ਸੀ ਤੇ ਹੁਣ ਰੀਅਲ ਸੰਜੂ ਗੀਤ ਰਾਹੀਂ ਮੁੱਖ ਮੰਤਰੀ ਨੇ ਸਿੱਧੂ ਮੂਸੇਵਾਲੇ ਨੂੰ ਟਾਰਗੇਟ ਕੀਤਾ, ਪਰ ਕਾਪੀਰਾਈਟ ਸਟ੍ਰਾਈਕ ਤੋਂ ਬਾਅਦ ਮੁੱਖ ਮੰਤਰੀ ਦਾ ਗਾਣਾ ਰੀਅਲ ਸੰਜੂ ਯੂਟਿਊਬ ਤੋਂ ਰਿਮੂਵ ਕਰ ਦਿੱਤਾ ਗਿਆ।